जी अस्सलाम वालेकुम। ते मैं पट्टी साहब चेक करो, चोटी प्योर नीली दी पहचान वाले भरावां दोस्तों वास्ते स्पैशल है जनाब। बोली बिल्ली मुठ्ठी सिंह भी जड़ा ना मुठ दे विच चूर कुंडी आगा जनाब सौड़ा ते पिछू चौड़ी मुठ्ठी थान जनाब ते प्योर नीली बार दी जड़ी बंदा आखे ना भी असी नीली बार दी पहचान कर सकने उन्हां भरावां वास्ते नीली बार दी चोटी स्पैशल। अस्सलाम तुसीं देख रहे हो अनमोल सियालकोट, मैं तुहाड़ा मेज़बान जवेद वड्डी ते भरावां वास्ते रोज़ाना नवीं तों नवीं वीडियो लैके इहदे विच माशाल्लाह नीली बार दी इक झोटी दोस्तां वास्ते स्पैशल मन तली ने लभ लभ के हीरा माशाल्लाह नीली दे विचों लिआंदा खास सजना ते यारां भरावां वास्ते। ते उस झोटी दी अज इंशाल्लाह दोस्तां नूं पूरियां तसल्लियां भी करावांगे ते पूरे इहदे जिहड़े जिन्ने इहदे अपने जिहड़े न गुणशन ने मज दे ओह भी पुछ लैंदे आ ते बाकी इंशाल्लाह रेट शेट भी ले लांगे मान तली कोलों ते बाकी सारी नसल दी सारी मालूमात इंशाल्लाह माना साहब को लैने। अस्सलाम वालेकुम जी मान भाई। वालेकुम सलाम पट साहब, अल्लाह पाक दा करम है दुआवां ने ते जनाब स्पेशल हीरा लभ के लिआंदा है ते मुठ्ठी थान ते पहले चोटी होकर लिबास पट्टी साहब वेखो बंदे तो आने ना साढ़े कनाल ते मरला ते ये ते वो ते एक गेठ ते मेरिया मुठ्ठी दे थणा ते विरला ने मुठ्ठी थान ते गेठ गेठ ते विरला ना होवण ते मैं जवाबदार हाँ। माशाल्लाह माशाल्लाह हाँ जी मुठ मेन गेठ जी है ना वह पट्टी साहब मेन गेठ के वेख लवेन इंची टेप लिया के मुठ देख दे घाट को विरल होवे ते गल है। ते मान साहब हमारा मोबाइल नंबर तो लोकेशन 0304-620-4243 ते लोकेशन जनाब मेरी इस टाइम की है जिला फैसलाबाद तहसील तांदला मंडी ते चोटी नीली बार तो मैं लभ के लियांदी है ते सुआ किन मजे है सुआ पहला जनाब माशाल्लाह बण बण के सूई ते जनाब पुट्ठा वेखो पट्टी साहब ते पुछल वेखो जनाब कित्थे तक जांदा पिया माशाल्लाह जी मारा जमीन ते लगदा ना जी अल्लाह दे हुकम नाल पट्टी साहब तुहाडे सामने है ते बण बण के चोटी जनाब इंशाल्लाह मैदान बन छड़ी से हाली ते जनाब सूण च दिन लेंदी है माशाल्लाह। पहला सूआ सूणा है जनाब मुठ्ठी थान जनाब चौण चुआन इंशाल्लाह फिर मुकद्दर या नसीब ने ते इंशाल्लाह पूरियां गरंटियां ते तसल्लियां कराओ ਰਾਵਾਂ ਦੋਸਤਾਂ ਨੂੰ ਮਾਸ਼ਾਅੱਲਾ ਤੇ ਮੁਨਾਸਿਬ ਕੀਮਤ ਪੱਟੀ ਸਾਹਿਬ ਅੱਲਾਹ ਦੇ ਹੁਕਮ ਨੇ ਇਨਸ਼ਾਅੱਲਾ ਸੂਆ ਪਹਿਲਾਂ ਹੀ ਸੁਣੀ ਜੀ ਪਹਿਲਾ ਸੂਆ ਪੱਟੀ ਸਾਹਿਬ ਪਹਿਲਾ ਸੂਆ ਹੈ ਸਹੀ ਹੋ ਗਿਆ ਪੱਕਾ ਗਰੰਟੀ ਨਾਲ ਕੋਈ ਬੰਦਾ ਭਰਾ ਦੋਸਤ ਇਹ ਨਹੀਂ ਕਹਿ ਸਕਦਾ ਵੀ ਚੋਟੀ ਦੂਜੇ ਸੂਏ ਹੈ ਤੇ ਮਾਨਤ ਭਾਈ ਆਪਣੇ ਮੈਨੂੰ ਝੋਟੀ ਤੇ ਲੱਭਦੀ ਵੀ ਖੂਬਸੂਰਤ ਸੋਹਣੀ ਤਗੜੀ ਹੈ ਮਾਸ਼ਾਅੱਲਾ ਤਬਾਰਕ ਅੱਲਾ ਜੇ ਇਸ ਕਿਸੇ ਦੋਸਤ ਭਰਾ ਨੇ ਪਸੰਦ ਆਣੀ ਹੈ ਇਹਦਾ ਤੁਸੀਂ ਕੀ ਕਿੰਨਾ ਕੁ ਤੁਹਾਡਾ ਵਿਊ ਤੁਹਾਡਾ ਹੈਗਾ ਕਿੰਨਾ ਕੁ ਤੁਸੀਂ ਸਨਪਾਲਾ ਵਾਲੇ ਨਸਲ ਹੈ ਸਨਪਾਲ ਦੀ ਨਸਲ ਜੀ ਇਹ ਸਨਪਾਲਾਂ ਦੇ ਨਸਲ 'ਚ ਚੋਟੀ ਆਈ ਹੈ ਸਪੈਸ਼ਲ ਚੋਟੀ ਹੈ ਤਾਂ ਦਿੰਦੇ ਨਹੀਂ ਸਨ ਬੜੇ ਸਾਨਾ ਨਾਲ ਲਈ ਹੈ ਸਨਪਾਲਾਂ ਹਾਂਜੀ ਅਤੇ ਮੇਰੇ ਕਾਫੀ ਸਾਰੇ ਫੈਨ ਨੇ ਭਰਾ ਦੋਸਤ ਨੇ ਉਹਨਾਂ ਦੀ ਸਿਫਾਰਿਸ਼ ਹੈ ਵੀ ਇਹ ਜਨਾਬ ਚੋਟੀ ਸਾਨੂੰ ਉਸ ਡੇਰੇ ਤੋਂ ਲੱਭ ਜਾਵੇ ਠੀਕ ਹੈ ਇਹ ਜਨਾਬ ਉੱਥੋਂ ਚੋਟੀ ਲੈ ਕੇ ਆਇਆ ਸਨਪਾਲਾਂ ਕੋਲੋਂ ਜੀ ਸਨਪਾਲਾਂ ਕੋਲੋਂ ਨੀਲੀ ਬਾਰ ਤੋਂ ਜਨਾਬ ਚੋਟੀ ਕੋਈ ਭਰਾ ਦੋਸਤ ਇਹ ਨਹੀਂ ਕਹਿ ਸਕਦਾ ਵੀ ਇਹ ਨੀਲੀ ਬਾਰ ਦੀ ਨਹੀਂ ਹੈ ਇਨਸ਼ਾਅੱਲਾ ਬਣੇਗੀ ਚੰਗੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਪਹਿਲਾਂ ਹੋ ਕੇ ਚੋਟੀ ਰਿਕਾਰਡ ਤਰੋੜ ਛੱਡ ਸੀ ਮਿਰਜਾਂ ਦਾ ਅੱਛਾ ਜੀ ਜੀ ਕਿੰਨਾ ਕਰੇਗੀ ਜੀ ਦੁੱਧ ਮਾਸ਼ਾ ਕਿੰਨੇ ਕੁ ਦੁੱਧ ਮਾਲਕ ਬਣੇ ਉਹਨੇ ਤਾਂ ਇਹਦੀ ਮਾਂ ਦੇ ਰਿਕਾਰਡ ਤੋਂ ਸੁਣੀਏ ਤਾਂ ਝੂਠ ਤੁਹਾਨੂੰ ਪਤਾ ਮੈਂ ਇਹਦੇ ਕੋਲ ਤਾਂ ਨਾ ਵਗਦਾ ਤਾਂ ਨਾ ਮਾਰਨਾ ਹੈ ਠੀਕ ਹੋ ਗਿਆ ਬੱਟੀ ਸਾਹਿਬ ਜਿਹੜਾ ਨਾ ਦੁੱਧ ਹੁੰਦਾ ਪਾਏ ਦਾ ਬਾਕੀ ਨਸਲਾਂ ਜਿਹੜੀਆਂ ਹੁੰਦੀਆਂ ਨੇ ਉਹ ਜੋ ਵਿਖਾ ਛੱਡਦੀਆਂ ਨੇ ਸਹੀ ਨਸਲਾਂ ਤਾਂ ਨਸਲਾਂ ਹੀ ਹੁੰਦੀਆਂ ਨੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਨਸਲ ਹੈ ਹਾਂਜੀ ਹੁਣ ਸੂਈ ਹੋਈ ਹੋਵੇ ਤਾਂ ਫਿਰ ਮੈਂ ਚੋ ਚੁਆ ਕੇ ਦੇਵਾਂ ਦੱਸਾਂ ਵੀ ਭਰਾਵਾਂ ਦੋਸਤਾਂ ਨੂੰ ਵੀ ਇਹ ਕੁਛ ਹੈ ਤਾਂ ਦਿਨ ਕਿੰਨੇ ਕੱਢਦੀ ਹੈ ਦਿਨ ਹਾਲੇ ਤਕਰੀਬਨ ਪੱਟੀ ਸਾਹਿਬ ਹੈ ਗਰਮੀ ਦਾ ਕਰਕੇ ਹੋ ਸਕਦਾ 8 ਦਿਨ ਕੱਢ ਜਾਵੇ 8 ਦਿਨ ਕੱਢ ਜਾਵੇ ਤਾਂ ਮਸਾਂ ਸਫ਼ਰ ਤਾਂ ਕਰ ਸਕਦੀ ਜਿੱਥੇ ਮਰਜ਼ੀ ਹੈ ਸਫ਼ਰ ਪੱਟੀ ਸਾਹਿਬ ਕਰ ਸਕਦੀ ਹਾਲੀ ਕੋਈ 2-4 ਦਿਨ ਇਨਸ਼ਾਅੱਲਾ ਡਾਲਾ ਵੀ ਫੰਡੀ ਜਾਵੇ ਤਾਂ ਡਾਲੇ 'ਤੇ ਵੀ ਰਗੜ ਲੱਗ ਜਾਏ ਅਤੇ ਫਿਰ ਵੀ 2-4 ਦਿਨ ਕੱਢ ਜਾਂਦੀ ਹੈ ਕੱਢ ਜਾਂਦੀ ਹੈ ਜੀ ਲਓ ਜੀ ਇਨਸ਼ਾਅੱਲਾ ਰਗੜ ਸ਼ਗੜ ਵੀ ਲੱਗੇ ਤਾਂ ਵੀ ਇਨਸ਼ਾਅੱਲਾ ਕੱਢ ਜਾਂਦੀ ਸਫ਼ਰ ਕਰੇ ਵੀ ਨਾ ਤਾਂ ਫਿਰ ਵੀ 2-4 ਦਿਨ ਕੱਢ ਜਾਏਗੀ ਅਤੇ ਜੇ ਸਫ਼ਰ ਨਾ ਜ਼ਿਆਦਾ ਕਰੀਏ ਕਰਾਵੀਏ ਤਾਂ ਫਿਰ ਹੋ ਸਕਦਾ ਹਫ਼ਤਾ ਵੀ ਕੱਢ ਜਾਵੇ ਗਰਮੀ ਬਹੁਤ ਜ਼ਿਆਦਾ ਲਓ ਜੀ ਦੋਸਤੋ ਇਨਸ਼ਾਅੱਲਾ ਵੀਡੀਓ ਅੱਛੀ ਹੈ ਮਾਸ਼ਾਅੱਲਾ ਅਤੇ ਆਪਣੇ ਅਨਮੋਲ ਸਿਆਲਕੋਟ ਦੇ ਜਿਹੜਾ ਚੈਨਲ ਹੈ ਇਹਨੂੰ ਦੋਸਤੋ ਪਲੀਜ਼ ਜਾਂ ਲਾਈਕ ਜ਼ਰੂਰ ਕਰ ਦਿਆ ਕਰੋ ਹੋ ਸਕੇ ਤਾਂ ਕਮੈਂਟ 'ਚ ਜ਼ਰੂਰ ਦੱਸ ਦਿਆ ਕਰੋ ਆਪਣੀ ਰਾਏ ਦਾ ਇਜ਼ਹਾਰ ਬੜੀਆਂ ਵੇਖੀਆਂ ਨੇ ਪਹਿਲਾਂ ਚੋਟੀਆਂ ਅਤੇ ਮੁੱਠੀ ਥਾਣ ਚੈੱਕ ਕਰੋ ਮਾਸ਼ਾਅੱਲਾ ਤਬਾਰਕ ਅੱਲਾ ਸੋਹਣੀ ਹੈ ਝੋਟੀ ਸਾਰੇ ਪਾਸੇ ਸੋਹਣੀ ਅਤੇ ਮਾਨ ਸਾਹਿਬ ਦਾ ਰੇਟ ਵੀ ਪਿਆਰ ਮੁਹੱਬਤ ਲਾ ਦਿਓ ਸਿਰਫ ਜਿਹੜਾ ਰੇਟ ਪਿਆਰ ਮੁਹੱਬਤ ਵਾਲਾ ਨਾ ਪੱਟੀ ਸਾਹਿਬ ਜਿੰਨਾ ਮਰਜ਼ੀ ਕਰ ਲਓ ਜੇਕਰ ਕਿਸੇ ਹੋਰ ਕੋਲ ਹੋਵੇ ਤਾਂ ਭਾਵੇਂ 4 ਲੱਖ ਕਰ ਲਵੇ 3.5 ਕਰ ਲਵੇ ਠੀਕ ਹੈ ਅਤੇ ਮੇਰਾ ਰੇਟ ਐਨ ਜੀ ਮੁਨਾਸਿਬ ਹੁੰਦਾ ਜੀ ਸਿਰਫ 2,80,000 ਕਰ ਦਿਓ ਪੱਟੀ ਸਾਹਿਬ 2,80,000 2,80,000 ਮੁਹੱਬਤ ਕੋਈ ਜੇ ਹੁਣੇ ਭਾਵੇਂ ਮੌਕੇ 'ਤੇ 5,000 ਕਰਾ ਲਓ ਅਤੇ ਭਾਵੇਂ ਫੋਨ 'ਤੇ 5,000 ਡਿਸਕਾਊਂਟ ਕਰਵਾ ਲਵੋ ਠੀਕ ਹੈ ਦੋਸਤ ਇਨਸ਼ਾਅੱਲਾ ਮਿਲਣੇ ਅਗਲੀ ਵੀਡੀਓ ਨਾਲ ਫੀ ਮਾਨ ਵਾਲਾ ਪਾਕਿਸਤਾਨ ਜ਼ਿੰਦਾ